ਵੱਡੀ ਗੱਲ ਦੀ ਸਭ ਨੂੰ ਹਰ ਸਾਲ ਦੀ ਤਰ੍ਹਾਂ ਇਸ ਗਰਾਊਂਡ ਦੇ ਵਿੱਚ ਨੌਰਥ ਇੰਡੀਆ ਮੁਬਾਰਕਬਾਦ ਸਾਰੇ ਇਲਾਕੇ ਨੂੰ। ਮੈਂ ਸਟੇਜ ਤੇ ਬੈਠਾ ਸੀ ਤੇ ਸਾਰੇ ਵੀਰ ਅਕਸਰ ਜਿਹੜੇ ਗੱਲਾਂ ਕਰਦੇ ਵੀ ਮੇਲਾ ਪੂਰਾ ਭਰ ਗਿਆ ਔਰ ਜਿੱਥੇ ਸ਼ਾਹਕੋਟ ਵੀ ਆ ਜਾਵੇ ਕਹਿੰਦੇ ਰੋਇਲ ਕਿੰਗ ਵੀ ਆ ਜਾਵੇ ਚਮਕੌਰ ਸਾਹਿਬ ਵੀ ਆ ਜਾਵੇ ਤੇ ਤੇਰੇ ਪਾਸੇ ਸਰਹਾ ਰਾਣੂਆ ਵੀ ਆ ਜਾਵੇ ਕਹਿੰਦੇ ਮੇਲਾ ਜਿਹੜਾ ਹੈ ਉਹ ਫਿਰ ਦਰਸ਼ਕਾਂ ਦੇ ਵਿੱਚ ਉਹ ਤੋਂ ਸਵਾ ਕਾਰਨ ਬਣ ਜਾਂਦਾ ਬੜੇ ਚਾਹ ਹੋ ਜਾਂਦੇ ਹੈ ਔਰ ਮੇਰੇ ਪਾਸੇ ਵੇਖਦਾ ਵੀ ਅਗਲੀ ਕਬੱਡੀ ਕੌਣ ਹੈ ਪਟਿਆਲਾ ਜ਼ਿਲ੍ਹਾ ਇਸ ਨੌਜਵਾਨ ਗੱਭਰੂ ਦਾ ਹੈ ਉਧਰਲੇ ਪਾਸੇ ਕਹਿੰਦੇ ਹੋ ਕਿ ਗਿੰਦਾ ਵੀ ਤਿਆਰ ਹੈ ਵਾਹਿਗੁਰੂ ਵੀ ਤਿਆਰ ਹੈ ਇਧਰਲੇ ਪਾਸੇ ਨੌਜਵਾਨ ਗੱਭਰੂ ਮੈਦਾਨ ਦੇ ਵਿੱਚ ਪਟਿਆਲੀਆ ਪਾਲੀ ਐਸਰੇ ਮੈਦਾਨ ਦੇ ਵਿੱਚ ਕਬੱਡੀ ਕੌਣ ਹੀ ਵਧਿਆ ਹੋਇਆ ਮਾਸਟਰ ਗੁਰਵੰਤ ਸਿੰਘ ਜੀ ਦਾ ਨਾਂ ਸਿਆਸਤ ਦੇ ਵਿੱਚ ਵੱਡਾ ਨਾਂ ਹੈ ਮੈਂ ਸੋਚ ਰਿਹਾ ਸੀ ਸਾਹਿਬ ਬਿਕਰਮਜੀਤ ਸਿੰਘ ਹੋਣਾ ਵੱਲ ਵੇਖ ਕੇ ਕਿ ਇਹ ਸਰਦਾਰ ਗੁਰਵੰਤ ਸਿੰਘ ਦਾ ਪੁੱਤਰ ਹੈ ਸੰਤੋਖ ਸਿੰਘ ਜੀ ਚੌਧਰੀ ਸਾਹਿਬ ਉਹਨਾਂ ਦੇ ਸਪੁੱਤਰ ਜਿਹੜੇ ਹੈ ਨਿਮਰਤਾ ਦਾ ਪ੍ਰਤੀਕ ਬੜੇ ਹਰਮਨ ਪਿਆਰੇ ਔਰ ਮਾਣ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦੇ ਹੋਏ ਚੌਧਰੀ ਸਾਹਿਬ ਇਹ ਤੁਹਾਡੇ ਹਲਕੇ ਦਾ ਮਸ਼ਹੂਰ ਪਿੰਡ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਤੁਹਾਡਾ ਵੱਡਾ ਨਾਮ ਹੈ ਔਰ ਤੁਹਾਡੇ ਲਈ ਹਮੇਸ਼ਾ ਸ਼ੁਭ ਦੁਆਵਾਂ ਔਰ ਪ੍ਰਮਾਤਮਾ ਨੇ ਬੜੀ ਕਹਿੰਦੇ ਹੁੰਦੇ ਆ ਇੱਜ਼ਤ ਬਖਸ਼ੀ ਹੈ ਸਾਡੇ ਤੁਹਾਡੇ ਛੋਟੇ ਵੀਰ ਪੰਮਾ
ਜੀ ਮੈਂ ਪੁੱਛਿਆ 100 ਸਾਲ ਦਾ ਕੀ ਹਾਲ ਹੈ ਕਹਿੰਦੇ ਵੱਖਰਾ ਕਬੱਡੀ ਅੱਗੇ ਉਸੇ ਸਟਾਈਲ ਚ ਹੋਊਗੀ 100 ਸਾਲ ਦੀ ਕਬੱਡੀ ਤੇ ਨਾ ਮੇਰੇ ਵੀਰੇ ਲਓ ਇੱਕ ਪਾਸੇ ਲੱਖਾ ਸਰਾਵਾ ਪਿੰਡ ਦਾ ਜਿਹੜੇ ਫਰੀਦਕੋਟ ਨੂੰ ਬਲੌਂਗ ਕਰਦੇ
ਬੜਾ ਫਲਸਫਾ ਮੁਕਾਬਲਾ ਦੋਨਾਂ ਟੀਮਾਂ ਦੇ ਵਿਚਕਾਰ ਜਾ ਰਿਹਾ।
ਸਭੀ ਹੈ। ਉਧਰ ਸਾਡੇ ਬੱਬੂ ਜੀ ਵੀ ਪੁੱਜੇ ਹੋਏ ਹੈ, ਜਥੇਦਾਰ ਚੂਰ ਸਿੰਘ ਜੀ ਸੱਜੇ ਕੌਣ ਬੈਠੇ ਹੈ, ਖੱਬੇ ਕੌਣ ਬੈਠੇ, ਸੱਜੇ ਧੰਨਾ ਬੰਦਨ ਬੈਠੇ, ਖੱਬੇ ਬਿਰਕ ਸਾਹਿਬ ਭਲਵਾਨ ਬੈਠੇ ਹੈ। ਮਾਣ ਵਾਲੀ ਗੱਲ ਹੈ। ਲਓ ਤੇਰੇ ਪਾਸੇ ਵੀ ਕੋਈ ਸਾਹਮਣੇ ਅਗਲੀ ਕਬੱਡੀ ਪਾਉਣ ਲਈ ਕੌਣ ਪਾਲੀ
ਹੋਕੀ ਬੜਾ ਤਜਰਬੇ ਕਰ ਹੈ, ਜਾਨ ਨਾਲ ਖਿਡਾਰੀ ਹੈ, ਕਬੱਡੀ ਜਾਨ ਹੈ, ਸ਼ਾਨ ਹੈ ਸਾਡੀ, ਸਰਦਾਰੀ ਹੈ, ਪਰ ਦੁਨੀਆਂ ਦੇ ਵਿੱਚ ਮੇਰੇ ਲਈ ਇਹਦਾ ਹੈ ਬੜਾ ਰੁਤਬਾ ਪਲਾਮਾ ਹੈ। ਔਰ ਬਹੁਤ ਸਾਰੇ ਜਿਵੇਂ ਕਹਿੰਦੇ ਵੀ ਲਗਭਗ 99% ਕੋਈ ਪੰਜਾਬੀ ਹੋਊਗਾ ਜਿਹੜਾ ਇਸ ਖੇਡ ਵੱਲ ਓਨਾ ਟਾਈਮ ਲਾ ਦਿੰਦੇ ਤਾਂ ਸਾਰੇ ਆਪਣੇ ਕੰਮਾਂ ਕਾਰ ਤੋਂ ਕੱਢ ਕੇ ਜਿਹੜੇ ਟਰਾਂਟੋ ਅਮੈਰੀਕਾ ਹੈ ਉੱਧਰ ਸੁਖਵੰਤ ਸਿੰਘ ਜੀ ਸੰਘੀੜਾ ਸਾਹਿਬ ਵੀ ਆ ਗਏ ਹੈ, ਸੰਘੀੜਾ ਸਾਹਿਬ ਹੈਰੀ ਭੰਗੂ ਜੀ ਵੀ ਆ ਗਏ ਜਿਹਨਾਂ ਨੇ ਝੇੜੂ ਵਿੱਚ ਤੁਸੀਂ ਸਾਰਿਆਂ ਨੇ ਔਰ ਕਾਲਾ ਤੇਜੀ ਸੈਂਟਰ ਵੈਲੀ ਨੇ ਬੜੀਆਂ ਵੱਡੀਆਂ ਰੌਣਕਾਂ ਲਾਈਆਂ ਨੇ। ਬਹੁਤ ਬਹੁਤ ਜੀ ਆਇਆਂ ਨੂੰ ਮੁਬਾਰਕਬਾਦ ਆਏ, ਵੱਡਾ ਨਾਮ ਆਏ। ਲਓ ਇੱਧਰ ਮੈਚ ਬੜਾ ਦਿਲਚਸਪ ਹੈ। ਆ ਗਿਆ
ਬਰਬਾਦੀ ਹੋਵੇਗੀ ਮੈਦਾਨ ਦੇ ਵਿੱਚ। ਤਕੜਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ। ਸਦਾ ਯਾਦ ਰਹੂਗੀ। ਗਲੈਡੀਏਟਰ ਵੀ ਹੱਥਾਂ ਦੇ ਵਿੱਚ ਸੰਦੀਪ
ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਲਓ ਚਿੱਟੀ ਵਾ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਪਾਸੇ ਮੋਟਾ ਕੌਂਕੇ ਬਟਵਾ ਲਾਉਂਦਾ ਹੋਇਆ ਤੱਕਾ ਜਫਾ ਅੱਜ ਸਿਰਵਾ ਸਿੰਘ ਜੀ ਰਾਣਾ ਸਟਾਰ ਅਗੋਬਾਡੀ ਵਾਲੇ ਵੀ ਖੁਸ਼ ਹੋ ਗਏ ਵੀ ਸਾਡੀ ਟੀਮ ਤਕੜਾ ਪ੍ਰਦਰਸ਼ਨ ਕਰ ਰਹੀ ਹੈ ਰੁੜ ਕੇ ਖੁਰ ਦੇ ਵਿੱਚ ਲਓ ਲਾਤਾ ਮੋਟੇ ਨੇ ਤਕੜਾ ਜਫਾ ਮੇਰੀ ਵੀਡੀਓ ਹਾਂਜੀ ਜਗਰੂ ਜੋਗੇ ਮੇਰੇ ਕੋਲ